ਹਾਂਜੀ ਹਾਂ ਬਾਈ ਸਤਿ ਸ੍ਰੀ ਅਕਾਲ ਵੀਰੇ। ਕਿਹੜੇ ਪਿੰਡੋਂ ਆਏ ਬਾਈ? ਥੋਏ ਤੋਂ ਵੀਰੇ। ਥੋਏ ਤੋਂ ਆ ਥੋਆ ਪਿੰਜੋ ਕੀ ਰਵੇ? ਥੋਆ ਥੋਈ ਠੀਕ ਹੈ। ਥੋਡੀਆਂ ਨੇ ਬੱਕਰੀਆਂ ਸਾਰੀਆਂ? ਮੇਲਾ ਦੇਖਣਾ ਪਿੰਡ ਛਪਾਰ ਦਾ ਬਾਬੇ ਦਾ? ਵਾਹ ਵੀ ਵਾਹ। ਇਸ ਸਾਲ ਆਉਂਦੇ ਹੋ? ਹਾਂ ਵੀਰੇ ਆਏ ਸਾਲ। ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ? 20 ਕਿਲੋ ਲੈ ਕੇ ਆਏ ਵੀਰੇ। 20 ਘਰ ਦੀਆਂ ਇਕੱਲੇ ਦੀਆਂ ਨੇ? ਹਾਂ ਇਕੱਲਿਆਂ ਦੀਆਂ। ਕਈ ਜਣਿਆਂ ਦੀਆਂ ਨੇ? ਇੱਕ ਦੋ ਜਣਿਆਂ ਦੀਆਂ ਨੇ ਵੀਰੇ। ਦੋ ਜਣਿਆਂ ਦੀਆਂ। ਚੰਗੀਆਂ ਚੰਗੀਆਂ ਬੱਕਰੀਆਂ ਦਿਖਾ ਬਾਈ ਸਾਨੂੰ ਤੇਰੀਆਂ, ਕਿਹੜੀਆਂ ਵਧੀਆ ਨੇ? ਅੱਛਾ ਤੁਹਾਨੂੰ ਦਿਖਿਆ ਹੋ ਜੀ ਦੇ। ਕੋਈ ਨਾ, ਪੈਸੇ ਸੂਏ ਹੋ ਗਈ ਬਾਈ? ਇਹ ਤੀਏ ਸੂਏ ਸੂ ਜੀ। ਤੀਏ ਸੂਏ ਕਹਿ ਬੱਚੇ ਦਿੰਦੀ ਹੈ? ਇਹ ਤਿੰਨ ਬੱਚੇ ਜੀ। ਅੱਛਾ ਤਿੰਨ ਬੱਚੇ ਆਏ ਸੂਏ? ਹਾਂ ਆਏ ਸੂਏ ਜੀ। ਅੱਛਾ ਜੀ, ਪਤਾ ਕੁਆਲਿਟੀ ਦੀ ਬੱਕਰੀ ਹੈ ਵਧੀਆ? ਕੀ ਕੀਮਤ ਹੈ ਬਾਈ ਦੀ? ਇਹਦਾ ਵੀ 80,000 ਰੁਪਇਆ। 80,000 ਠੀਕ। ਹੁਣ ਗੱਬਣਾ ਫੰਡ ਰਿਹਾ? ਹਾਂ ਗੱਬਣਾ ਵੀਰੇ। ਕਿੰਨੇ ਮਹੀਨਿਆਂ ਦੀ? ਇਹ 2.5 ਮਹੀਨੇ ਦੀ ਹੋਊਗੀ। 2.5 ਮਹੀਨੇ ਠੀਕ। 2.5-3 ਮਹੀਨੇ ਛੱਡ ਦੋ ਇਹਨੂੰ ਜੀ, ਹੋਰ ਦੇਖਿਆ ਇੱਕ ਅੱਧੀ। ਆਹ ਦੇਖੋ ਜੀ ਇਹਦੇ ਨਾਲ ਦੀ ਹੈ। ਹਾਂ ਜੀ। ਇਹ ਕਿਵੇਂ ਸੂਏ? ਇਹ ਦੂਏ ਸੂਏ ਸੂਣਾ ਜੀ ਇਹਨੇ ਪੂਰੇ ਨਾਲ ਜਵਾਨ ਆ ਪੂਰੀ ਦੂਏ ਸੂਏ ਸੂਣਾ ਜੀ। ਫੇਰ ਕਿੱਥੇ ਕਿੱਥੋਂ? ਇੱਕ ਥਾਣਾ ਜੀ ਇਹਦੇ। ਥਾਣੇ ਇੱਕੋ ਹੀ ਹੈ? ਹਾਂ ਜੀ। ਕਰਮ ਵਾਲੀ ਆ ਤਾਂ ਪਤਾ, ਕਰਮ ਵਾਲੀ ਆ ਫਿਰ ਤੇਰੀ ਬੱਕਰੀ ਜਮਾਂਦਰੂ ਇੱਕ ਆ? ਹਾਂ ਜੀ ਹਾਂ। ਕੱਟਿਆ ਹੈ ਤਾਂ ਨਹੀਂ? ਨਾ ਜੀ ਨਾ, ਝੜ ਗਿਆ ਜੀ ਥਾਣੇ 'ਚ। ਅੱਛਾ ਝੜ ਗਿਆ। ਪਹਿਲਾਂ ਊ ਹੈਗੇ ਤੇ ਹੈਗੇ ਦੋ ਜੀ ਜੀ ਝੜ ਗਿਆ ਪੰਜਵਾਂ ਨਾਲ। ਹੁਣ ਗੱਬਣਾ? ਹਾਂ ਗੱਬਣਾ ਜੀ। ਕੈ ਸੂਏ ਇਹ? ਇਹ ਦੂਏ ਸੂਏ ਸੂਣਾ ਜੀ ਇਹਨੇ। ਅੱਛਾ ਅੱਧ ਗੱਬਣਾ? ਹਾਂ ਨਾ ਜੀ, 4 ਮਹੀਨੇ ਦੇ ਲਵੇ ਆ। 4 ਮਹੀਨਿਆਂ ਦੇ ਲਵੇ ਵੱਤ ਵਾਲਾ, ਸਵਾ ਕੁ ਮਹੀਨਾ ਰਹਿ ਗਿਆ। ਹਾਂ ਜੀ ਹਾਂ ਜੀ। ਸੂਣ ਦਾ? ਹਾਂ ਜੀ। ਵਾਹ ਹੋਰ ਦਿਖਾ ਚੰਗੀ। ਬਾਕੀ ਜੇ ਕੋਈ ਆਇਆ ਤਾਂ ਲੈਣ ਵਾਸਤੇ ਉੱਤੇ ਥੱਲੇ ਹੋ ਜੂ? ਠੀਕ ਹੈ। ਹੋਰ ਬੱਕਰੀ ਕੱਢੋ ਜੀ ਕੋਈ ਵਧੀਆ ਕੁਆਲਿਟੀ ਦੀ ਦਿਖਾਓ ਸਾਨੂੰ। ਆਹ ਕੱਢੋ ਜੀ, ਇਹ ਕਾਲੀ ਜੀ। ਕੈ ਸੂਏ ਆ? ਇਹ ਦੂਏ ਸੂਏ ਆ ਜੀ। ਦੂਏ ਸੂਏ? ਹਾਂ ਜੀ, ਕਲੋਨ ਸੂਈ ਆ, ਦੂਏ ਸੂਣਾ ਜੀ। ਅੱਛਾ ਠੀਕ ਹੈ, ਇਹਨੇ ਦੂਏ ਸੂਣਾ ਜੀ। ਮੈਂ ਝੋਲਾ ਖੋਲੀ ਦਾ ਦੇਖੋ, ਬਹੁਤ ਥਾਂ ਲੱਗਿਆ ਬੱਕਰੀ ਨੂੰ। ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਹੈ। ਸੰਗੀਤ ਸੁੰਗੀਤ ਅਤੇ ਕੰਨ ਕੁੰਨ ਬਹੁਤ ਸੋਹਣੇ ਨੇ। ਲਾ ਦਿਓ ਜੀ ਝੋਲਾ। ਬੱਕਰਾ ਕਿਹੜਾ ਆਪਣਾ? ਕਾਲਾ ਡੱਬਾ ਬੱਕਰਾ ਬਹੁਤ ਸੋਹਣਾ ਜੀ, ਤੋਤੇ ਵਰਗਾ। ਹਜੇ ਖੀਰਾ ਹੀ ਇਹਦਾ? ਹਾਂ ਜੀ ਹਾਂ ਜੀ, ਖੀਰਾ ਜੀ। ਕੱਦ ਬਹੁਤ ਕਰੂਗਾ? ਹਾਂ ਜੀ ਹਾਂ ਜੀ। ਲੰਬਾ ਕੰਨ ਵੀ ਬਹੁਤ ਜ਼ਿਆਦਾ? ਹਾਂ ਜੀ ਹਾਂ ਜੀ। ਸੁਨੱਖਾ ਪੂਰਾ ਨਾਲ ਸੂਤ ਸਭ ਇੱਕ ਸਿਆਨ ਵਧੀਆ ਨੇ। ਹੋਰ ਬਾਈ ਕੋਈ ਚੰਗੀ?
ਬੱਕਰੀ ਲਿਆ ਇਹ ਪਲੂਨ ਚੁਈ ਆ ਜੀ ਪਲੂਨ ਦਾਲ ਰੱਖਿਆ ਪੂਰੀ ਹੋ ਗਈ ਦਿੱਤਾ ਹਾਂਜੀ ਹਾਂਜੀ ਇਹ ਪਲੂਨ ਚੁਈ ਆ ਜੀ ਬੋਲੀ ਝੋਲਾ ਮਿਲ ਗਿਆ ਚੈੱਕ ਕਰਾ ਸਿੰਗੀ ਸੁੰਗੀ ਤਾਂ ਬਹੁਤ ਸੋਹਣੀ ਆ ਪਟਦੀ ਨੱਕ ਨਕੌੜਾ ਬਹੁਤ ਸੁਨੱਖੀ ਹੈ ਦੇਖੋ ਜੀ ਥਣ ਚੱਡਾ ਬਹੁਤ ਸਾਫ਼ ਹੈ ਬੱਕਰੀ ਦਾ ਬਹੁਤ ਕੁਆਲਿਟੀ ਦੀ ਬੱਕਰੀ ਹੈ ਕੋਈ ਵੀ ਕਿਸੇ ਗੱਲ ਦੀ ਘਾਟ ਨਹੀਂ ਹੈਗੀ ਇਹਦੇ ਵਿੱਚ ਲਾਓ ਜੀ ਝੋਲਾ ਸ਼ਿਓਕਣਾ ਪਿੰਡਾਂ ਜਮਾਂ ਦੁੱਧ ਵਾਲੀ ਹੈ ਲਾ ਕੇ ਦਿਖਾਈ ਅੱਛਾ ਜੀ ਅੱਛਾ ਇਹਦੇ ਦੰਦ ਦਿਖਾਇਆ ਬਾਈ ਤਾਂ ਇਹਦਾ ਵੱਡੀ ਹੈ ਜੀ ਵੱਡੀ ਹੈ ਜੀ ਚੱਲ ਰਹਿਣ ਦੀ ਫਿਰ ਕੋਈ ਗੱਲ ਨਹੀਂ ਠੀਕ ਹੈ ਬੱਕਰੀ ਦੇ ਸਿਰ ਆਈ ਜਮਾ ਵਿਸ਼ਾਲ ਕਰ ਇਧਰ ਨੂੰ ਬੋਲ ਭਾਈ ਬਹੁਤ ਚਿੱਟੀ ਕਰਾ ਨਹੀਂ ਹੋ ਰਹੀ ਗੱਪਣਾ ਜੀ ਕਿੰਨੇ ਚਿਰ ਦੀ ਇਹ ਜੀ ਤਿੰਨ ਚਾਰ ਮਹੀਨੇ ਦੀ ਹੋਊ ਜੀ ਇਹ ਤੇਰੀ ਸਾਰੀਆਂ ਚੀਜ਼ ਸੁਨੱਖੀ ਆ ਪੱਠਾ ਪੂਰੀ ਵਧੀਆ ਪੂਰੀ ਸਿੰਗੀ ਵਧੀਆ ਤੇ ਨੱਕ ਨਕੌੜਾ ਵਧੀਆ ਪੂਰੀ ਚਿੱਟੀ ਅੱਖ ਜਮਾ ਕੰਚ ਦੀ ਗੋਲੀ ਵਰਗੀ ਬਲੂਨ ਚੁਈ ਆ ਜੀ ਇੱਕ ਵਾਰੀ ਸੂਈ ਹੈ ਹੁਣ ਦੁਬਾਰਾ ਗੱਬਣਾ ਦੁਬਾਰੇ ਗੱਬਣਾ ਜੀ ਠੀਕ ਹੈ ਕੁਆਲਿਟੀ ਪੂਰੀ ਵਧੀਆ ਇਹਦੀ ਕੀ ਕੀਮਤ ਹੈ ਜੀ ਇਹਦਾ 90,000 ਰੁਪਏ 90,000 ਕੋਈ ਗੱਲ ਨਹੀਂ ਹੋਰ ਲਿਆਓ ਜੀ ਕੋਈ ਰਹਿੰਦੀ ਹੈ ਅੱਛਾ ਇਹ ਮੇਮਨੇ ਦੀ ਭੈਣ ਹੈ ਉਹ ਬੱਕਰੇ ਦੀ ਹੈ ਇੱਕੋ ਹੀ ਨਕਸ਼ੇ ਦੀ ਹੈ ਸਮਾਰ ਕੇ ਬਣਾ ਕੰਨੇ ਬਹੁਤ ਡਬਲ ਪਟਦਾ ਡਬਲ ਕੰਨਾ ਦੀ ਪੱਠਾ ਵੀ ਚੌੜੇ ਦੰਦ ਹੋ ਗਈ ਫਿਰ ਦੋ ਦੰਦ ਦੋ ਦੰਦ ਪੱਠਾ ਜੀ ਬਹੁਤ ਕੁਆਲਿਟੀ ਦੀ ਬਹੁਤ ਸਿਰੇ ਨੂੰ ਸਿਰਾ ਲੱਗਿਆ ਪਿਆ ਹੈ ਜੀ ਬੋਲ ਬਈ ਕਈ ਦਿਨਾਂ ਦਾ ਚੱਲ ਰਿਹਾ ਦਿਨ ਰਾਤ ਢਿੱਲਾ ਜੀ ਢਿੱਲਾ ਨਹੀਂ ਹੈਗਾ ਦਿਨ ਰਾਤ ਦੱਸ ਅੱਛਾ ਨਾ ਦੇਖਦੇ ਆ ਜੀ ਦੇਖੋ ਜੀ ਅਜੇ ਭਲੂਣ ਸੂ ਬਾਈ ਬਣਾ ਲਿਆ ਫੜ ਕੇ ਥਣ ਜਾ ਕਿਵੇਂ ਚੱਕ ਗਈ ਇਹ ਤਾਂ ਜੀ ਮਸਤੇਵੇਂ ਨਾਲ ਹੀ ਲਾਇਆ ਹੈ ਜੀ ਚਲੋ ਕੋਈ ਨੀ ਆਪਾਂ 90 ਨੀ ਆਉਂਦੇ ਇਹ
ਇਹ ਵੀ ਬਾਈ ਤੇਰੀ ਪੂਰੀ ਦੰਦੀ ਹੋ ਗਈ ਜੀ ਪੂਰੀ। ਕੈ ਸੂਏ ਇਹ? ਇਹ ਦੂਏ ਸੂਏ ਜੀ। ਅੱਛਾ ਹੁਣ ਤਾਜ਼ੀ ਹੈ? ਨਹੀਂ ਸੂਣਾ ਜੀ ਇਹਨੇ। ਅੱਛਾ ਹਾਂਜੀ ਤਾਂ ਫਿਰ ਊਂ ਬਾਖੜੀ ਹੈ। ਹਾਂਜੀ ਹਾਂਜੀ ਠੀਕ ਹੈ ਠੀਕ ਹੈ। ਕੁੜੀਆਂ ਨੇ ਪੁੱਛ ਗਈ ਖੋਲੀ ਝੋਲੀ? ਹਾਂ ਖੋਲੀ ਵੀਰ। ਸਾਨੂੰ ਦਿਖਾਉਣੀ ਪੈਂਦੀ ਹੈ ਜੀ। ਹਾਂਜੀ ਹਾਂਜੀ ਲਿਆਓ ਜੀ ਲਿਆਓ ਜਿਹੜੀ ਲਿਆਉਣੀ ਹੈ ਲਿਆ। ਇਹ ਹਾਂ ਪੱਕੀ ਹੋ ਗਈ। ਚਲੋ ਕੋਈ ਨੀ ਕਾਹਨੂੰ ਪੜਦਾ ਪਾਸ ਕਰਨਾ ਇਹਦਾ ਛੱਡ ਫਿਰ। ਆਹ ਲਾਲ ਨਾਗਰੀ ਹੈ ਜੀ ਪਹਿਲੇ ਸੂਏ ਇਹ? ਠੀਕ ਹੈ। ਇਹ ਵੀ ਸੁਨੱਖੀ ਬਹੁਤ ਹੈ ਮੇਵਨੀ। ਚਾਰ ਦੰਦ ਹੋ ਗਈ, ਚਾਰ ਦੰਦ ਮੇਵਨੀ ਲਾਲ ਨਾਗਰੀ ਹੈ ਜੀ ਪਿਓਰ ਵਧੀਆ ਲਾਲ ਅੱਖ ਦੀ ਪੂਰੀ ਕੁਆਲਿਟੀ ਦੀ ਸਿੰਗੀ ਸੁੰਗੀ ਬਹੁਤ ਸੋਹਣੀ ਹੈ ਮੇਵਨੀ ਦੀ। ਬਾਕੀ ਥਣ ਚੱਡੀ ਬਹੁਤ ਸੋਹਣੀ ਹੈ। ਨਹੀਂ ਜੀ 18 ਇੰਚ ਦੇ ਨੇ ਕਰਨਾ, ਇਹਦੇ ਪੂਰੇ 18 ਇੰਚ ਹੀ ਕਰਨਾ, ਪੂਰਾ ਬੱਕਰੀ ਦਾ ਚੜਾਈ ਦਾ ਕਰਨਾ ਤੇ ਨੱਕ ਵੀ ਤੋਤੇ ਵਰਗਾ ਸਿੰਗੀ ਵੀ ਗੈਲ ਰਾਮ ਗਊ ਵਾਂਗੂ ਹੈ ਤੇ 8 ਦੰਦੇ ਹੋ ਗਈ ਜੀ ਪੂਰੀ ਬਹੁਤ ਸੁਨੱਖੀ ਪੱਠ ਹੈ ਜੀ। ਇਹ ਵੀ ਗੱਭਣ ਹੋ ਸਕਦਾ ਜੀ? ਅੱਛਾ ਤਾਂ ਨਹੀਂ ਉਹ ਗਾਲੀ ਗਈ ਬੱਕਰੀ ਬਹੁਤ ਵਧੀਆ ਸੀ ਥਣ ਨੇ ਗਾਲਤੀ ਬੱਕਰੀ। ਹਾਂ ਬੱਕਰਾ ਕਿਹੜਾ ਤੇਰਾ ਬੜਾ ਹੈ? ਬੱਕਰਾ ਜੀ ਨਾ ਹੀ ਘਰੇ ਲੈ ਦੋ ਬੱਕਰੀਆਂ ਤਿੰਨ ਦੇ ਆਉਣਾ ਵਧੀਆ ਵਧੀਆ ਕਾਲੀਆਂ।